नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। फगवाड़ा के अधीन आते गांव चक पंडोरी में स्कूल की ग्राउंड में खेलते समय एक बच्चे को लगा करंट, हुई मौत। पुलिस कमिश्नर जालंधर की ओर से नशों की रोकथाम के लिए चलाया गया सर्च ऑपरेशन, संदिग्ध घरों में की छापेमारी। अचनाला से स्कूल के बच्चे लेकर आ रही बस कीचड़ की वजह से पलटी, बच्चों को आई मामूली चोटें। और अब हलचल विस्तार से। फगवाड़ा के अंतर्गत आते गांव चक पंडोरी में स्कूल की ग्राउंड में क्रिकेट खेलते हुए एक 13 वर्षीय बच्चे की करंट लगने से मौत हो गई, जिस कारण उसके घर में कोहराम मच गया। मृतक बच्चे की पहचान गौतम के रूप में हुई है। इस दौरान गौतम के भाई तरुणवीर ने बताया कि उसका भाई अन्य बच्चों के साथ खेल रहा था कि ग्राउंड में बिजली की टूटी हुई तार से उसे करंट लग गया, जिसके बाद उसे अस्पताल लेकर गए, लेकिन डॉक्टरों ने उसे मृत घोषित कर दिया। तो वहीं मोहल्ला निवासियों ने बताया कि 2-3 दिन पहले आंधी आने के दौरान बिजली की तार टूटी थी, जिस बारे में सरपंच को भी बताया था, लेकिन सरपंच की अनदेखी के चलते तार ठीक नहीं करवाई गई, जिस कारण ये हादसा घटित हो गया। इलाके के लोगों का कहना है कि मृतक के पारिवारिक सदस्यों को आर्थिक सहायता दी जाए। फगवाड़ा से पंकज शर्मा की रिपोर्ट। पता नहीं, मैं तो काम पे सीगा, मैनू फोन आया 2-3 बंदे दे, कहंदे जी इदां करके गल हो गई। हाँ जी, भाई उन्हां दा फोन आया, कहंदे जी इदां करके गल हो गई। फिर मैं जदों पिंड आया, मैनू इन्हां ने दस्सिया, कहंदे जी गेंद चक्कण गया सीगा, कैल च तार टुटी उड गई सीगी। जदों गेंद चक्कण लगा, कहंदे उहदा करंट लग गया। पता नहीं भाई मुड़ के हो गया, कहंदे हॉस्पिटल लै गए उहनूं, 2-3 थावां ते लै के गए बस, कहंदे जवाब। तुहाडा इह छोटा ब्रदर सी जां वड्डा? हाँ, छोटा सी भाई। ਕੀ ਨਾਮ ਕੀ ਸੀ ਇਹਦਾ? ਇਹਦਾ ਨਾਮ ਸੀ ਭਾਜੀ ਗੌਤਮ। ਕਿੰਨੇ ਭੈਣ ਭਾਈ ਆ ਆਪਾਂ? ਦੋ ਹੀ ਭਾਜੀ। ਦੋ ਹੀ ਬ੍ਰਦਰ? ਹਾਂਜੀ। ਤੇ ਇਹਨੂੰ ਹੋਸਪਿਟਲ ਲੈ ਗਏ ਜੀ? ਹਾਂਜੀ ਹਾਂਜੀ ਭਾਜੀ। ਤੇ ਡਾਕਟਰਾਂ ਨੇ? ਡਾਕਟਰਾਂ ਨੇ ਭਾਜੀ ਜਵਾਬ ਹੀ ਦਿੱਤਾ, ਕਹਿੰਦੇ ਹੋਰ ਪਾਸੇ ਲੈ ਜਾਓ, ਜਲੰਧਰ ਲੈ ਜਾਓ। ਤੇ ਕਿੰਨੇ ਕੁ ਵਜੇ ਹੋਇਆ ਭਾਜੀ ਕੱਲ੍ਹ? ਭਾਜੀ 11:30 ਵਜੇ ਦੀ ਗੱਲ ਆ, ਉਸ ਵੇਲੇ ਮੈਨੂੰ ਫੋਨ ਗਿਆ ਸੀ। ਤੁਹਾਡਾ ਸ਼ੁਭ ਨਾਮ ਕੀ ਭਾਜੀ? ਤੁਹਾਡਾ ਨਾਮ ਕੀ? ਮੇਰਾ ਨਾਮ ਹੈਗਾ ਤਰੁਣਵੀਰ। ਤਰੁਣਵੀਰ, ਹਾਂਜੀ। ਟੱਕ ਪੰਡੋਰੀ ਦੇ ਹੀ ਆ? ਹਾਂਜੀ। ਟੱਕ ਪੰਡੋਰੀ ਦੇ ਵਿੱਚ ਖੜ੍ਹੇ ਹਾਂ। ਮਾਮਲਾ ਇਹ ਹੈ ਜੀ, ਸਾਡੇ ਗਰਾਊਂਡ ਦੇ ਵਿੱਚ ਜਿੱਦਾਂ ਬੱਚੇ ਕ੍ਰਿਕਟ ਦਾ ਮੈਚ ਖੇਡਦੇ ਸੀ, ਅਤੇ ਸਕੂਲ ਦੇ ਵਿੱਚ ਸਾਡੀ ਗਰਾਊਂਡ ਆ, ਅਤੇ ਬੱਚੇ ਖੇਡਦੇ ਸੀ ਤਾਂ ਅੱਗੇ ਵੀ ਖੇਡਦੇ ਰਹਿੰਦੇ ਆ, ਤਾਂ ਜਾਣੀ ਮੁੰਡਿਆਂ ਨੇ ਮੈਚ ਲਾਇਆ ਸੀ, ਅਤੇ ਖੇਡਦਿਆਂ ਪਰਲੇ ਪਾਸੇ ਕੋਈ ਤਾਰ ਟੁੱਟੀ ਦੇਖੀ ਨਹੀਂ, ਅਤੇ ਉਹ ਬੱਚਾ ਗੇਂਦ ਚੱਕਣ ਗਿਆ ਤਾਂ ਗੌਤਮ ਉਹਦਾ ਨਾਂ ਆ ਮੁੰਡੇ ਦਾ, ਅਤੇ ਛੋਟਾ ਹੀ ਆ, ਕੋਈ 12-13 ਸਾਲ ਦਾ ਬੱਚਾ ਸੀਗਾ। ਤਾਰ ਟੁੱਟੀ ਸੀ, ਉਹਦੇ ਨਾਲ ਕਰੰਟ ਲੱਗਣ ਦੇ ਨਾਲ ਉਹਦੀ ਡੈਥ ਹੋ ਗਈ। ਅਤੇ ਕਿਹੜੀ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਸੀਗਾ ਸਰ? ਇਹ ਪਿੰਡ ਵੱਲੋਂ ਸੀਗਾ ਜੀ, ਪਿੰਡ ਵੱਲੋਂ ਖੇਡਦੇ ਸੀ ਜਿੱਦਾਂ ਕਲੱਬਾਂ ਸੱਦੀਆਂ ਸੀ। ਅਤੇ ਕਿੰਨੇ ਭੈਣ ਭਰਾ ਪਿੰਡ ਪੱਧਰ ਦੇ? ਕਿੰਨੇ ਭੈਣ ਭਰਾ ਸੀਗੇ ਜੀ? ਇਹ 2 ਭਰਾ ਆ ਜੀ, ਇੱਕ ਵੱਡਾ, ਇਹ ਛੋਟਾ ਸੀਗਾ। ਅਤੇ ਕੋਈ ਇਸ ਦੇ ਵਿੱਚ ਇਹਦੀ ਕੋਈ ਮਦਦ ਵਗੈਰਾ ਗਰੀਬ ਘਰ ਹੋਣ ਕਰਕੇ ਜਾਂ ਜਿੱਦਾਂ ਵੀ ਤੁਹਾਨੂੰ ਮਦਦ ਵਗੈਰਾ ਕਰੂੰਗੇ ਇਹਨਾਂ ਦੀ? ਮਦਦ ਕਰਾਂਗੇ ਜੀ, ਸਾਰੇ ਪਿੰਡ ਪੱਧਰ ਤੋਂ ਕਰਾਂਗੇ, ਪਿੰਡ ਪੱਧਰ 'ਤੇ ਕਰਾਂਗੇ। ਪਿੰਡ ਪੱਧਰ 'ਤੇ ਇਹਦੀ ਮਦਦ ਹੋਜੂਗੀ? ਮਦਦ ਹੋਊਗੀ, ਹਾਂਜੀ ਜ਼ਰੂਰ ਹੋਊਗੀ ਜੀ, ਸਾਰੇ ਜਿੰਨੇ ਯਾਰ ਦੋਸਤ ਸਾਰੇ ਜੋ ਵੀ ਪਿੰਡ ਪੱਧਰ 'ਤੇ ਉਹਦੀ ਮਦਦ ਹਰ ਇੱਕ ਤਰ੍ਹਾਂ ਕਰਾਂਗੇ। ਅਤੇ ਹੁਣ ਜਿਹੜੀ ਡੈੱਡ ਬੋਡੀ ਵਗੈਰਾ ਉਹ ਕਿੱਥੇ ਆ? ਉਹ ਸ਼ਹਿਰ ਲਾਈ ਆ ਜੀ ਫਰਿੱਜਰ। ਮਾਮਲਾ ਭਾਈ ਟੂਰਨਾਮੈਂਟ ਕਰਾਉਣ ਲੱਗੇ ਸਾਰੇ ਪਿੰਡ ਦੇ ਮੋਹਦਾਰ ਬੰਦਿਆਂ ਨੂੰ ਪਤਾ, ਸਾਰਿਆਂ ਨੂੰ ਪਤਾ ਸੀ, ਠੀਕ ਹੈ, ਕਿਸੇ ਨੂੰ ਇਹ ਨਹੀਂ ਗੱਲ ਹੈਗੀ ਨਹੀਂ ਪਤਾ ਸੀ, ਸਾਰਿਆਂ ਨੂੰ ਪਤਾ ਸੀ। ਉਹ ਇੱਕ ਤਾਰ ਟੁੱਟ ਗਈ, ਤਾਰ ਟੁੱਟਣ ਪਰਸੋਂ ਦੀ ਗੱਲ ਆ, ਉਹ ਹਵਾ ਚੱਲ ਕੇ ਤਾਰ ਟੁੱਟ ਗਈ, ਸਪਾਰਕ ਹੋ ਕੇ ਤਾਰ ਟੁੱਟ ਗਈ। ਉਹ ਉਸ ਤੋਂ ਬਾਅਦ ਸਰਪੰਚ ਵੀ ਸਾਡੇ ਗਰਾਊਂਡ 'ਚ ਆਇਆ ਜੀ, ਸਫਾਈ ਕਰਦੇ ਸਾਰੇ ਮੁੰਡੇ, 20-25 ਜਣੇ, ਇੱਕ ਨਹੀਂ ਹੈਗੀ, 20-25 ਜਣੇ ਸੀ ਉੱਥੇ, ਅਤੇ ਤਾਰ ਟੁੱਟਣ ਨਾਲ ਦੱਸਿਆ ਸਰਪੰਚ ਸਾਹਿਬ ਨੂੰ, ਕਹਿੰਦਾ ਸਰਪੰਚ ਸਾਹਿਬ ਤਾਰ ਟੁੱਟ ਗਈ, ਉੱਥੋਂ ਪਟਾਕਾ ਪਿਆ ਬਹੁਤ ਜ਼ੋਰ ਨਾਲ, ਆਵਾਜ਼ ਸਾਨੂੰ ਸੁਣੀ ਸਾਰੇ, ਅਤੇ ਕਹਿੰਦਾ ਕੋਈ ਗੱਲ ਨਹੀਂ, ਅਤੇ ਸਾਨੂੰ ਇੰਨੀ ਗੱਲ ਕਹਿ ਕੇ ਚੱਲ ਗਿਆ। ਦੂਜੀ ਵਾਰੀ ਫਿਰ ਮੈਂ ਕਿਹਾ ਇਹਨੂੰ ਤਾਰ ਨੂੰ ਚੁਕਾ ਦਿਓ, ਕੱਲ੍ਹ ਨੂੰ ਟੂਰਨਾਮੈਂਟ ਕਰਾਉਣਾ ਅਸੀਂ, ਮੁੰਡੇ ਇੱਥੇ ਆਉਣੇ ਤਾਂ ਮੁੰਡਿਆਂ ਨੂੰ ਜਾਣਾ ਵੀ ਉੱਧਰ ਨੂੰ ਨਾ, ਮੈਂ ਬੋਲ ਬੋਲ ਚੱਕਣੀ, ਮੁੰਡੇ ਪਤਾ ਨਹੀਂ ਹੁੰਦਾ ਬਾਈ ਚਾਂਸ ਇੱਦਾਂ ਕੋਈ ਹਰਕਤ ਹੋ ਜਾਵੇ। ਕਹਿੰਦਾ ਪਟਾਕਾ ਪੈਣ ਨਾ, ਕਹਿੰਦਾ ਮਗਰੋਂ ਦੂਜਾ ਫਿਊਜ ਹੀ ਉੱਡ ਜਾਂਦੇ ਨੇ, ਕਹਿੰਦਾ ਕੋਈ ਟੈਨਸ਼ਨ ਲਓ ਤੁਸੀਂ, ਕਹਿੰਦਾ ਮੈਂ ਆਪ ਹੀ ਗੱਲ ਕਰ ਦੂੰ, ਮੈਂ ਕਿਹਾ ਜੇ ਸਾਨੂੰ ਨੰਬਰ ਦੇ ਦੇ, ਅਸੀਂ ਆਪ ਫੋਨ ਕਰ ਲੈਂਦੇ ਉੱਥੇ, ਕਹਿੰਦਾ ਠੀਕ ਆ, ਇਹ ਗੱਲ ਕਹਿ ਕੇ ਸਾਨੂੰ ਚੱਲ ਗਿਆ। ਉਹ ਕੱਲ੍ਹ ਨੂੰ ਮੈਚ ਚਾਲੂ ਕਰਤੇ,
ਉਦੋਂ ਪਾਵਰ ਹੈ ਨਹੀਂ ਸੀ, 11:30 ਪਾਵਰ ਆਈ। ਉਸ ਤੋਂ ਬਾਅਦ ਪਹਿਲਾਂ ਜੇ ਸਵੇਰੇ ਚੱਕਦੇ ਮੁੰਡੇ ਬੋਲਿਆ ਕਿ ਨਹੀਂ ਕਰੰਟ ਹੋਣਾ, ਚੱਕਦੇ ਨਹੀਂ ਕੋਈ ਚੱਕਰ ਨਹੀਂ ਹੋਣਾ, ਉਹ ਪਾਵਰ ਆਈ 11:30। ਉਸ ਤੋਂ ਬਾਅਦ ਮੁੰਡੇ ਨੂੰ ਉਹ ਕਰੰਟ ਪਿਆ। ਅਤੇ ਕਰੰਟ ਕਿੱਦਾਂ ਲੱਗਾ ਉਹਨੂੰ? ਕਰੰਟ ਭਾਅ ਜੀ ਉਦੋਂ ਕਰੰਟ ਆ ਗਿਆ ਤਾਰ 'ਚ, ਤਾਂ ਹੀ ਲੱਗਾ। ਅਤੇ ਕੀ ਨਾਮ ਵਗੈਰਾ ਕੀ ਆ ਭਾਅ ਜੀ ਉਹਦਾ? ਗੌਤਮ ਮੁੰਡੇ ਦਾ ਨਾਂ ਆ ਭਾਅ ਜੀ। ਕਿੱਥੇ ਦਾ ਰਹਿਣ ਵਾਲਾ ਇਹ? ਤਖਨੂਰੀ ਦਾ। ਅਤੇ ਫਿਰ ਇਹਨੂੰ ਕੋਈ ਹੋਸਪਿਟਲ ਵਗੈਰਾ ਕੋਈ ਲੈ ਗਏ ਭਾਅ ਜੀ? ਉਸ ਟਾਈਮ ਹੀ ਲੈ ਗਏ। ਹਾਂਜੀ ਹਾਂਜੀ, ਜੋ ਸਾਨੂੰ ਬਣਦਾ ਹੀ ਅਸੀਂ ਜੋ ਉਹ ਕੀਤਾ ਉਸ ਟਾਈਮ। ਸਾਰੇ ਜਿੱਦਾਂ ਮਤਲਬ ਕਿ ਪਿੰਡ ਵਾਸੀਆਂ ਵੱਲੋਂ ਜਾਂ ਕਲੱਬ, ਪਿੰਡ ਵਾਸੀਆਂ ਵੱਲੋਂ ਔਰ ਕਲੱਬ ਵਾਸੀਆਂ ਵੱਲੋਂ ਕੋਈ ਇਹਦੀ ਮਦਦ ਵਗੈਰਾ ਵੱਲੋਂ ਸਾਰੀ ਹੋਈ ਜੋ ਵੀ ਹੈਗੇ ਸੀ ਉੱਥੇ ਉਸ ਟਾਈਮ ਮੌਕੇ ਤੇ, ਜਿਨ੍ਹਾਂ ਨੇ ਕਰਾਇਆ ਟੂ ਨਾ, ਅਸੀਂ ਪੂਰੀ ਉਹਦੀ ਹੈਲਪ ਕੀਤੀ ਉਸ ਟਾਈਮ ਪੂਰੀ ਜ਼ਿਆਦੀ। ਅਤੇ ਸਰ ਇਹਦੀ ਕੋਈ ਮਾਲੀ ਸਹਾਇਤਾ ਕਰੂੰਗੇ ਹੁਣ ਤੁਸੀਂ? ਅਸੀਂ ਪਿੰਡ ਵੱਲੋਂ ਤਾਂ ਆਪਣੇ ਵੱਲੋਂ ਪੂਰੀ ਕਰਾਂਗੇ ਭਾਈ, ਕਰਦੇ ਪਏ ਹਾਂ। ਕਲੱਬ ਵੱਲੋਂ ਵੀ ਕਰੂੰਗੇ? ਕਲੱਬ ਵੱਲੋਂ ਪੂਰੀ ਕਰਾਂਗੇ ਜਿਹੜੇ ਕਲੱਬ ਤਾਂ ਕੀ ਹੈ, ਕਮੇਟੀ ਭਰਾਵਾਂ ਦੀ ਹੈ ਸਾਡੀ। ਅਜਨਾਲਾ ਸੇ ਸਕੂਲ ਕੇ ਬੱਚੇ ਲੇਕਰ ਅੰਮ੍ਰਿਤਸਰ ਆ ਰਹੀ ਸਕੂਲ ਬੱਸ ਬਾਰਿਸ਼ ਕੇ ਕਾਰਨ ਹੋਏ ਕੀਚੜ ਕੀ ਵਜ੍ਹਾ ਸੇ ਪਲਟ ਗਈ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਲੋਗੋਂ ਨੇ ਬਤਾਇਆ ਕਿ ਇਹ ਬੱਸ ਅਜਨਾਲਾ ਸਕੂਲ ਸੇ ਬੱਚੋਂ ਕੋ ਲੇਕਰ ਅੰਮ੍ਰਿਤਸਰ ਜਾ ਰਹੀ ਥੀ। ਇਸ ਦੌਰਾਨ ਸਾਹਮਣੇ ਸੇ ਦੂਸਰੀ ਬੱਸ ਆ ਰਹੀ ਥੀ। ਬੱਸ ਕੋ ਰਾਸਤਾ ਦੇਣੇ ਕੇ ਕਾਰਨ ਡਰਾਈਵਰ ਨੇ ਬੱਸ ਕੋ ਸੜਕ ਕੀ ਇੱਕ ਤਰਫ ਕਰ ਲਿਆ, ਤੋ ਵਹੀਂ ਬਾਰਿਸ਼ ਕੇ ਕਾਰਨ ਹੋਏ ਕੀਚੜ ਕੀ ਵਜ੍ਹਾ ਸੇ ਬੱਸ ਪਲਟ ਗਈ, ਜਿਸ ਕਾਰਨ ਬੱਸ ਮੇਂ ਬੈਠੇ ਸਕੂਲੀ ਬੱਚੋਂ ਕੋ ਮਾਮੂਲੀ ਚੋਟੇ ਲਗੀ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲਿਏ ਸੁਨੀਲ ਖੋਸਲਾ ਕੀ ਰਿਪੋਰਟ। ਬੱਸ ਸਲਿਪ ਹੋ ਗਈ ਥੀ ਉੱਥੋਂ, ਫਿਰ ਪਲਟ ਗਈ ਉੱਥੋਂ। ਅੱਛਾ ਜੀ, ਕੋਈ ਨੁਕਸਾਨ ਬੱਚਿਆਂ ਦਾ ਹੋਇਆ ਜੀ? ਨਹੀਂ, ਬੱਚਿਆਂ ਦਾ ਬਚਾਇਆ, ਦੋ ਕੁੜੀਆਂ ਨੂੰ ਥੋੜੀ ਜਿਹੀ ਸੱਟ ਲੱਗੀ ਆ ਸਿਰ 'ਚ। ਅੱਛਾ, ਕੀ ਇਹਨਾਂ ਨੂੰ ਕਿੱਥੇ ਭੇਜਣਾ ਉਹਨਾਂ ਨੂੰ? ਹੁਣ ਉਹਨਾਂ ਨੂੰ ਡਾਕਟਰ ਕੋਲ ਭੇਜਿਆ। ਠੀਕ ਹੈ, ਤੇ ਤੁਸੀਂ ਸੇਫ ਹੋ ਸਾਰੇ? ਹਾਂਜੀ, ਬਾਕੀ ਸਭ ਬੱਚੇ ਸੇਫ। ਕੀ ਲੱਗਦਾ ਕਿਉਂ ਹੋਇਆ ਇਹ? ਬੱਸ ਤੇਜ਼ ਸੀਗੀ, ਕੀ ਗੱਲ ਸੀਗੀ? ਬਸ ਨਾ ਐਕਚੁਅਲੀ ਨਾ ਮੀਂਹ ਪਿਆ ਤੇ ਉਹਦੇ ਕਰਕੇ ਥੋੜੀ ਸਲਿਪ ਹੋ ਗਈ ਸਾਈਡ ਤੋਂ। ਨਹੀਂ ਪਰ ਰੋਡ ਤੇ ਚੱਲ ਰਹੀ ਸੀ, ਪਰ ਕਾਰ ਨੂੰ ਕੋਈ ਅੱਗੇ ਕੋ ਆ ਰਿਹਾ ਸੀ ਕੁਛ? ਕੀ ਗੱਲ ਸੀਗਾ? ਸਾਈਡ ਤੋਂ ਬੱਸ ਲੰਘਣ ਦੀ ਸੀ ਦੂਸਰੀ, ਅੰਮ੍ਰਿਤਸਰ ਵਾਲੀ। ਇਹ ਵੀ ਬੱਸ ਇਹ ਰਾਹ ਦੇਣ ਦੇ ਸੀ ਅੰਕਲ, ਤੇ ਫਿਰ ਇੱਕ ਸਾਈਡ ਨੂੰ ਇਹਨਾਂ ਨੇ ਰਾਹ ਦਿੱਤਾ ਤੇ ਉੱਥੋਂ ਸਲਿਪ ਕਰ ਗਈ। ਇਹ ਵੀ ਬੱਸ ਤੇਜ਼ ਸੀਗੀ ਇਹ ਵੀ? ਹਾਂਜੀ, ਇਹਨਾਂ ਨੇ ਫਿਰ ਬ੍ਰੇਕ ਲਾਈ ਸੀ ਥੋੜੀ। ਇਹ ਬੱਸਾਂ ਆਉਂਦੀ ਸੀ ਉਧਰੋਂ, ਆਉਂਦੀ ਸੀ ਉਧਰੋਂ, ਆਉਂਦੀ ਸੀ, ਦੋਵੇਂ ਬੱਸਾਂ ਆਉਂਦੀਆਂ ਸੀ। ਰਾਹ ਥੋੜਾ ਤੇ ਇਹ ਤਲਗੀ ਆ ਗੱਡੀ, ਤੇ ਉਸੇ ਵੇਲੇ ਪਲਟ ਗਈ ਆ। ਇਹ ਜਿਹੜੀ ਸੜਕ ਹੈ ਉੱਤੇ ਮਿੱਟੀ ਪਾਣੀ ਚਾਹੀਦੀ, ਰਾਹ ਤਾਂ ਹੈਗਾ ਨੁੱਕਾ ਨਹੀਂ ਰਾਹ ਹੈਗਾ। ਇਹ ਗੱਲ ਜੋ ਵੀ ਸੈਂਟਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਇਹ ਸੜਕਾਂ 'ਤੇ ਮਿੱਟੀ ਪਵੇ, ਲਗ ਲਾ ਸਾਰੇ ਵੱਢੀ ਜਾਂਦੇ ਆ। ਆਹ ਗੱਲ ਜੋ ਬੱਚੇ ਛੋਟੇ ਛੋਟੇ ਸੀਗੇ, ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ? ਬੱਚਿਆਂ ਦਾ ਬਚਾਅ ਹੋ ਗਿਆ ਜੀ, ਬੱਚੇ ਵਧੀਆ ਆ। ਬੱਚਿਆਂ ਦਾ ਇੱਕ ਦੋਨੋਂ ਵਿੱਚ ਸੱਟਾਂ ਲੱਗੀਆਂ ਆ, ਇੰਨਾ ਵੀ ਚਲੋ ਮਹਾਰਾਜ ਨੇ ਕਿਰਪਾ ਕੀਤੀ, ਬੱਚਿਆਂ ਦਾ ਬਚਾਅ ਹੋ ਗਿਆ। ਇੱਕ ਦੋ ਜਣਿਆਂ ਨੂੰ ਸੱਟਾਂ ਲੱਗੀਆਂ। ਕਿਹੜੇ ਸਕੂਲ ਦੀ ਬੱਸ ਹੈ ਜੀ? ਹੋਲੀਹਾਰ ਦੀ। ਜੋ ਸਾਡਾ ਤਾਂ ਇਹੋ ਜਿਹਾ ਵੀ ਨਾਲੇ 'ਤੇ ਟਰਾਲੀਆਂ ਡੱਕੇ ਜਾਣ, ਜਿਹੜੇ ਮਿੱਟੀ ਖੜਦੇ ਆ ਇਹ ਡੱਕੇ ਜਾਣ, ਇੱਕ ਜਿਹੜੇ ਬੱਸਾਂ ਵਾਲੇ ਆ, ਮਿੰਨੀਆਂ ਬੱਸਾਂ ਵਾਲੇ, ਇਹਨਾਂ ਬਹੁਤਾ ਗੰਦ ਪਾਏ, ਘੱਟ ਕਰਦੇ ਨਹੀਂ ਆ। ਅਤੇ ਇੱਕ ਜਿਹੜੀਆਂ ਸੜਕਾਂ 'ਤੇ ਲਾਗ ਲਾ ਕੇ ਮਿੱਟੀ ਪੈਣੀ ਚਾਹੀਦੀ ਆ, ਮੋੜ ਵੇਖੋ ਆ ਤਾਂ ਕੋਈ ਗੱਲਬਾਤ ਨਹੀਂ ਸੜਕਾਂ 'ਤੇ ਲਾ ਕੇ ਮਿੱਟੀ ਦੀ। ਮੈਂ ਨਾ ਆਪਣਾ ਬੱਚਾ ਬਹਾ ਕੇ ਇਹਦੇ ਆਉਂਦਿਆਂ ਰਾਜੀਆਂ ਤੋਂ। ਹਾਂਜੀ, ਅਤੇ ਉਹ ਸੜਕ 'ਤੇ ਮਿੱਟੀ ਬਹੁਤ ਜ਼ਿਆਦਾ ਸੀ, ਬਾਰਿਸ਼ ਹੁੰਦੀ ਸੀ ਥੋੜ੍ਹੀ ਥੋੜ੍ਹੀ, ਇਸ ਕਰਕੇ ਉਹ ਦੂਜੀ ਬੱਸ ਲਾਗੋ ਲੰਘੀ, ਉਹਨੂੰ ਰਾਹ ਦਿੱਤਾ ਜਦੋਂ, ਅਤੇ ਮਿੱਟੀ ਤੋਂ ਬੱਸ ਸਲਿਪ। ਜਾਣ ਡੇ ਸੀ ਇੱਥੋਂ, ਬ੍ਰੇਕ ਲਾਉਂਦੇ ਲਾਉਂਦੇ ਥੱਲੇ ਜਾ ਕੇ ਪਲਟ ਗਈ, ਬੱਚਿਆਂ ਦੇ ਸੱਟਾਂ ਵੀ ਲੱਗੀਆਂ। ਜੋ ਇਹ ਹੋਲੀਹਾਰ ਦੀ ਜੀ? ਹਾਂਜੀ, ਡੇਲੀ ਆਉਂਦੀ ਜੀ। ਇਹ ਰਸਤਾ ਛੋਟਾ ਜੋ ਉੱਥੋਂ ਬ੍ਰੇਕਾਂ ਲਾਉਂਦਿਆਂ ਲਾਉਂਦਿਆਂ ਜੀ, ਕੋਈ ਰਸਤਾ ਵੀ ਛੋਟਾ, ਕੋਈ ਡਰਾਈਵਰ ਦੀ ਅਣਗਹਿਲੀ ਹੋਵੇਗੀ। ਅਸੀਂ ਇਹੋ ਹੀ ਕਰਦੇ ਹਾਂ ਕਿ ਸਾਡਾ ਇੱਕ ਰਾਹ ਚੌੜਾ ਹੋ ਜਾਵੇ ਭਾਅ ਜੀ, ਜਿਹੜੇ ਵੜਦੇ ਟੁੱਕਦੇ ਆ ਇਹ ਰਾਹ, ਇੱਕ ਆ ਜਿਹੜੇ ਬੱਸਾਂ ਵਾਲੇ ਆ ਇਹ ਵੀ ਮਤਲਬ ਆਪਣੇ ਕੰਟਰੋਲ ਨਾ ਆਉਣ। ਨਸ਼ੋ ਪਰ ਨਕੇਲ ਕਸਨੇ ਕੇ ਲਈ ਪੂਰੇ ਰਾਜਯ ਮੇਂ ਪੰਜਾਬ ਪੁਲਿਸ ਦੁਆਰਾ ਸਰਚ ਆਪਰੇਸ਼ਨ ਕੀਆ ਗਿਆ ਔਰ ਸੰਦਿਗਧ ਘਰੋਂ ਮੇਂ ਛਾਪੇਮਾਰੀ ਵੀ ਕੀ ਗਈ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਪੁਲਿਸ ਕਮਿਸ਼ਨਰ ਜਲੰਧਰ ਕੁਲਦੀਪ ਸਿੰਘ ਚਾਹਲ ਨੇ ਬਤਾਇਆ ਕਿ ਇਹ ਮੁਹਿੰਮ ਪਿਛਲੇ ਲੰਬੇ ਸਮੇਂ ਸੇ DGP ਪੰਜਾਬ ਕੇ ਦਿਸ਼ਾ ਨਿਰਦੇਸ਼ੋਂ ਪਰ ਚਲਾਈ ਜਾ ਰਹੀ ਹੈ। ਮੀਡੀਆ ਦੁਆਰਾ ਪੁੱਛੇ ਜਾਣੇ ਪਰ ਕੀ ਕਿਆ ਰਿਕਵਰੀ ਹੋਈ ਹੈ, ਕਮਿਸ਼ਨਰ ਚਾਹਲ ਨੇ ਕਿਹਾ ਕਿ ਅਭੀ ਸਰਚ ਆਪਰੇਸ਼ਨ ਚੱਲ ਰਿਹਾ ਹੈ, ਸਰਚ ਆਪਰੇਸ਼ਨ ਖਤਮ ਹੋਣੇ ਪਰ ਪ੍ਰੈਸ ਵਾਰਤਾ ਕਰ ਇਸਕੀ ਜਾਣਕਾਰੀ ਵੀ ਦੇ ਦੀ ਜਾਏਗੀ। ਜਲੰਧਰ ਸੇ ਪੰਕਜ ਸ਼ਰਮਾ ਕੀ ਰਿਪੋਰਟ। ਇਹ ਜਿਹੜਾ ਆਪਰੇਸ਼ਨ ਹੈਗਾ ਆਪਰੇਸ਼ਨ ਕਲੀਨ ਦੇ ਨਾਮ 'ਤੇ ਸੀਗਾ ਹੈਗਾ, ਐਂਡ ਇਹਦੇ 'ਚ ਜਿਹੜੇ ਮਾੜੇ ਬੰਦੇ ਹੈਗੇ, ਸਮਗਲਰ ਹੈਗੇ ਆ ਜਾਂ ਕਮਰਸ਼ੀਅਲ ਕੁਆਂਟਿਟੀ ਹੈ, ਉਸ ਤੋਂ ਇਲਾਵਾ ਵੀ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਪਾਉਣ ਵਾਸਤੇ ਇਹ ਆਪਰੇਸ਼ਨ ਕਲੀਨ ਜਿਹੜਾ ਪੂਰੇ ਪੰਜਾਬ 'ਚ ਚਲਾਇਆ ਜਾ ਰਿਹਾ, ਅਤੇ ਸਾਡੀ ਟੀਮਾਂ ਹੈਗੀਆਂ ਵੱਖ ਵੱਖ ਏਰੀਆ 'ਚ ਇਹਦੀ ਸਰਚ ਕਰੀਏ, ਇੱਥੇ ਕਾਜ਼ੀ ਮੰਡੀ ਵੀ ਅੱਜ ਅਸੀਂ ਸਰਚ ਵਾਸਤੇ ਆਏ। ਸਰ ਹੋਰ ਕਿਹੜੀ ਜਗ੍ਹਾ ਦੇ ਵਿੱਚ ਸਰਚ?
ਬਾਕੀ ਸਾਡੇ ਜਿਹੜੇ ਵੈਸਟ ਏਰੀਆ 'ਚ ਸਾਡੀ ਸਰਚਾਂ ਚੱਲ ਰਹੀ ਹੈ, ਉਸ ਤੋਂ ਇਲਾਵਾ ਨੌਰਥ ਏਰੀਆ 'ਚ ਵੀ ਹੈਗੀ ਹੈ। ਇਹ ਪੁਰਾਣਾ ਰਿਕਾਰਡ ਨੂੰ ਦੇਖਦੇ ਹੋਏ ਅਸੀਂ ਇਹਦੇ ਇੱਥੇ ਸਰਚ ਕਰਦੇ, ਬਟ ਇੱਥੇ ਸਾਡੀ ਟੀਮ ਨੇ ਬਹੁਤ ਨੱਟ ਪਾਈ ਹੈ, ਇਹ ਜਿਹੜੀ ਇਹੋ ਜਿਹੀ ਐਕਟੀਵਿਟੀ ਇੱਥੇ ਕਾਫੀ ਜਿਹੜੀ ਘੱਟ ਹੋਈ ਹੈ, ਬਟ ਫਿਰ ਵੀ ਅਸੀਂ ਇਹਨੂੰ ਕਲੀਨ ਸਫਾਇਆ ਕਰਨ ਵਾਸਤੇ ਨਾ ਇੱਥੇ ਬਾਰ ਬਾਰ ਅਸੀਂ ਮਤਲਬ ਓਪਰੇਸ਼ਨ ਚਲਾਉਂਦੇ। ਨਹੀਂ ਹਜੇ ਓਪਰੇਸ਼ਨ ਚੱਲੀ ਜਾ ਰਿਹਾ, ਉਹ ਲੇਟਰ ਹੁਣ ਇਹਦੀ ਜਿਹੜੀ ਹੈਗੀ ਪ੍ਰੈਸ ਨੂੰ ਦੇ ਦਿੱਤਾ ਜਾਊਗਾ ਤੇ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਭੇਜ ਦਿੱਤੀ ਜਾਊਗੀ। ਨਹੀਂ ਨਹੀਂ ਇਹ ਸਾਡੀ ਅਸੀਂ ਲੋਕਲ ਪੁਲਿਸ। ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ ਨੇ ਗਤ ਰਾਤਰੀ ਜਲੰਧਰ ਇੰਡਸਟਰੀਅਲ ਐਂਡ ਟ੍ਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਕੇ ਸਾਥ ਮਿਲਕਰ ਐਨਰਜੀ ਐਫੀਸ਼ੀਐਂਸੀ ਪਰ ਸੈਮੀਨਾਰ ਆਯੋਜਿਤ ਕੀਆ। इस सेमिनार में उद्योगपतियों को टेक्नोलॉजी एंड मैनेजमेंट कंसल्टेंसी सेंटर के मैनेजिंग डायरेक्टर राकेश पांडे ने एनर्जी एफिशिएंसी पर विस्तार से जानकारी दी। उन्होंने बताया कि उनकी कंपनी विभिन्न फैक्ट्रियों में जाकर एनर्जी ऑडिट बिल्कुल निःशुल्क करती है। फैक्ट्रियों में कौन सी मशीनों का इस्तेमाल हो रहा है, कौन सी तकनीक इस्तेमाल की जा रही है, कैसे स्विच लगे हैं, किस तरह के टूल्स इस्तेमाल होते हैं, इन सबका ऑडिट किया जाता है। फिर कंपनी के विशेषज्ञ अपनी रिपोर्ट और सुझाव देते हैं कि कौन सी मशीनों को कैसे बदला जाए और प्रोडक्शन के लिए क्या क्या बदलाव किए जाए। इस मौके पर सिडबी के अधिकारी विशाल चौधरी ने उद्योगपतियों को बैंक की विभिन्न ऋण योजनाओं के बारे में अवगत कराया और उन्हें बताया कि इंडस्ट्री के लिए कौन सा ऋण फायदेमंद है। इस मौके पर जॉइंट एक्शन कमेटी के कन्वीनर गुरशरण सिंह, विक्टर टूल्स के मैनेजिंग डायरेक्टर अश्विनी विक्टर, राकेश बहल, एसके चोपड़ा, हरभजन सिंह सैनी, कुलजीत सिंह, राजेश लांबा, नवीन जैन, अशोक मग्गू, आर के हरजाई, जसविंदर बग्गा, राजेश बहल, शगुन बहल, गुरबख्श सिंह जुनेजा सहित कई उद्योगपति मौजूद रहे। जालंधर से पंकज शर्मा की रिपोर्ट। तो सर हम लोग क्या करते हैं सर, हम सेंट्रल गवर्नमेंट का एक फाइनेंशियल इंस्टीट्यूशन है जो MSMEs के लिए फंडिंग प्रोवाइड करते हैं या फिर कोई भी डेवलपमेंटल काम है। ये सर अब ये स्कीम है जिसमें हम फ्री एनर्जी ऑडिट्स करा रहे हैं, इस सब का क्या है, सबसे क्या होगा, MSMEs को बेनिफिट होगा, भले वो फंडिंग लेते हैं या नहीं लेते हैं उनका वो सेकेंडरी मैटर है, लेकिन फर्स्टली क्या है उनको बेनिफिट हो रहा है, वो अपना प्रोसीजर समझ पाएंगे, उनको ऑटोमेशन अगर करना है तो ऑटोमेशन समझ पाएंगे। तो ये हमारा बेसिकली काम है और इसके जो हमारा ये प्रोग्राम था इसके माध्यम से यही था कि जो एनर्जी का कंजप्शन है वो घट सके या फिर जो क्लीनर एनर्जी आपका सोलर है, गवर्नमेंट का बहुत फोकस है इस चीज़ पे, उसको हम प्रमोट कर सके और जिससे इवेंचुअली इंडस्ट्रीज को अब फ्यूचर में देखेंगे तो बेनिफिट हो सके। एक इन्हों का छिडबी का एक आधार है टेक्निका कि जो साढ़े अंदर मशीनरी लगी है जेडे पावर यूज करते मोटर लगी ने वो असी सेविंग कि कर सकते आया जी मशीनरी से मोटर लगी आया वो मुताबिक लगी है ज इनू चेंज करना है जो मशीनरी का कोई सिस्टम चेंज कराना जो कुछ वो की है तो पता अजकल पावर बहुत महंगी हैगी है तो ये होगा जो असं इन्हों की इंस्पैक्शन कराने ना कि साड़ी सेविंग किन्नी हो सकती पावर की तुम्हें पता पावर अगे साढ़े पंजाब सरप्लस नहीं हैगी महंगी भी है तो सरप्लस भी नहीं होगा इंडस्ट्री को बेनीफिट होगा जो इन्ने बिल इनक्रीज हो के एक तो उन्होंने अमाउंट बिलों की घटेगी सैकेंडली साड़ी पावर बचेगी बाकी इन्हों काफ़ी स्कीम ने सोलर तो है ने होर मशीनरी वास्ते जो जो थोड़ा चाहिए ईवन TMCC ने जो भी कहा सिडबी जे असी कोई अमेंडमेंट करते हैं ना वो तो लोन भी दें बड़े घट इंटरस्ट रेट ऑफ इंटरस्ट से इस वास्ते इंडस्ट्री ने TMCC तो इन्हों का सिडबी बैंक का को बहुत बेनीफिट मिले क्योंकि उन्होंने को काफ़ी MSM दकीम आ गई और असं सारे इंडस्ट्रियलिस्ट जे इकट्ठे किए इस वास्ते जी इंडस्ट्री का बेनीफिट लै सकती हैगी है वो बिल्कुल तैयार है। और यहाँ का जो ये प्रोजेक्ट है इसका मकसद एक ही है कि हम एनर्जी एफिशिएंसी को कैसे बढ़ाएं MSME में, क्योंकि जैसे हम जानते हैं कि MSME यूनिट्स पहले जितने जलंधर में थे आज वो करीबन 25-30% रह गए हैं। उसका कारण ये है कि गवर्नमेंट की कुछ स्कीम्स फेवरेबल नहीं रही पीछे, बट ओवरऑल अगर आप एनर्जी के देखें कुछ यूनिट्स ऐसे हैं जो कॉस्ट ऑफ एनर्जी जिनका बिजली का कॉस्ट फ्यूल का कॉस्ट बहुत ज़्यादा है, अगर उसमें हम थोड़ा योगदान कर पाए इस पर्टिकुलर स्टडी से इस पर्टिकुलर प्रोजेक्ट से तो मुझे लगता है कि ये बहुत बड़ा काम होगा फॉर MSME और फॉर एज ए कंसल्टेंट हमें बहुत ही सेटिस्फेक्शन होगी इससे। हम कई संस्थाओं में काम करते हैं, सिडबी एक संस्था है, दूसरी संस्था UNDP में हम काम करते हैं, GIZ में के ब्याह पे हमने काम किया है और ब्यूरो ऑफ एनर्जी एफिशिएंसी के ब्याह पे हमने काम किया, कई संस्थाएं इंडिया में जिनके ब्याह पे हमने काम किया और काफ़ी सारे क्लस्टर्स में काम किया जैसे कोटा हुआ, हाजीपुर हुआ, मणिपुर हुआ,
इन सारी एमएसएमई क्लस्टर में बहुत अच्छे रिजल्ट्स आए। संगरूर में स्वास्थ्य मंत्री डॉक्टर बलबीर सिंह ने होमी बाबा कैंसर अस्पताल द्वारा तंबाकू विरोधी दिवस पर रखे गए कार्यक्रम में शिरकत की। इस दौरान जहां उन्होंने अस्पताल का दौरा किया तो वहीं सिविल अस्पताल का भी निरीक्षण किया और एसएमओ से मुलाकात की। इस मौके पर मीडिया से बातचीत करते हुए स्वास्थ्य मंत्री डॉक्टर बलबीर सिंह ने कहा कि उनकी ओर से स्वास्थ्य सुविधाओं पर पूरा ध्यान रखा जा रहा है। होमी बाबा अस्पताल में लोगों की मांग को देखते हुए जल्द ही जहां पर पेट टेस्ट की सुविधा भी उपलब्ध करवाई जाएगी और जल्द ही फूड सेफ्टी विभाग को ई वैन दी जा रही है जिसमें कोई भी शहरवासी अपने नज़दीकी किसी भी चीज़ का टेस्ट करवा सकता है। वहीं उन्होंने कहा कि डॉक्टर इंद्रबीर सिंह निज्जर का इस्तीफा मुख्यमंत्री भगवंत सिंह मान के प्रियोरेटिव में आता है। वहीं होमी बाबा अस्पताल में कैंसर का इलाज करवाने आ रहे लोगों का कहना है कि उन्हें यहां पर बहुत अच्छी सुविधाएं मिल रही हैं और मरीजों का बहुत अच्छी तरह से ख्याल रखा जा रहा है। संगरूर से हलचल के लिए जसवीर मान की रिपोर्ट। देखो डॉक्टर आशीष गुलिया बहुत अच्छा है, मतलब जो सारा स्टाफ है, अपना डिप्टी कमिश्नर है, साढ़े MLA और सारे बहुत साढ़ा एक्सीलेंट सेंटर है। दिस इज़ द सेंटर ऑफ एक्सीलेंस जितने तक कैंसर ट्रीटमेंट की गल है और वो जो जो है वो वार्ड नो टबैको डे और जो क्योंकि टबैको जो है मेन रीजन है, मेन कॉज है जो कैंसर का, वो वास्ते भी उन्होंने क्लीनिक शुरू किया हुआ और जी सारी स्टेट ऑफ द आर्ट इक्विपमेंट जी वर्ल्ड क्लास फैसिलिटीज दे रहे हैं और बहुत कंस्टेंट्स है वो वास्ते सरकार इन्होंने साढ़े मानयोग मुख्यमंत्री भगवंत सिंह मान जी उन्होंने ये ड्रीम प्रोजेक्ट भी है तो मैडिकल कॉलेज भी शुरू करना और इन्हों हर पॉसीबल हूँ साढ़ा जो नैक्सट है वो जी सवाल पूछा है वो जो इन्हों पैट स्कैन है वो आएगा ये होर जो भी इन्होंने फैसिलिटीज चाहिए है वो असी देंगे क्योंकि ये पंजाब के लोगों को जी फैसिलिटी दे रहे हैं। इनफैक्ट सानू बड़े माण की गल है कि पहला साढ़े बंदे जोड़े से वो पंजाब तो बहर इलाज कराने जाते हैं तो हूँ इतने जोड़े लोग है वो बाहर हिमाचल तो J&K तो दूर दूजिया स्टेट्स तो ज राजस्थान तो हरियाणे तो वो इलाज कराने इतने आते हैं साढ़े सेंटर के और साढ़े वास्ते एक मैटर ऑफ कंसर्न भी है क्योंकि जोड़ा कैंसर है बहुत बढ़ रहा है। कैंसर बहुत ज़्यादा कॉमन है ये हर घर मतलब थानू जोड़ा है हर पिंड हर महल के कैंसर के कई कई मरीज मिल जाते हैं तो वो असी जो है अगला जोड़ा सा जोड़ा है वो असी डॉक्टर साहब के नाल डॉक्टर आशीष के नाल मिल के असी प्रिवेंशन जी कैंसर वो भी असी काम करा और जो अर्ली डिटेक्शन से अर्ली डिटी जो कि कैंसर ट्रीटेबल हो क्योरेबल हो भी काम कर रहे हैं। सिर्फ त्यौहारां दे दिनां दे विच बाहर निकलदा पर इस टाइम कोई भी गतिविधि है जिहड़ी हेल्थ डिपार्टमेंट जिवें फूड सप्लाई महकमा है वह बिल्कुल गौर नहीं कर नहीं वह देखो असीं उहदे विच कुछ चेंजेस कर रहे हूँ। असीं सत्त साडियां नवीआं बैनस आईआं जिहड़ियां कि साडियां फूड सेफ्टी बैनस हैगियां और ईट राइट इनिशिएटिव असीं शुरू कीता हैगा उहदे विच कोई भी जिहड़ा शहरी हैगा जे लोकां दे विच शायद बहुती गल लोकां नूं अजे नहीं पता हैगा तुसीं लोकां तक मैसेज पहुँचाओ वो सारा उहनां दा ऑनलाइन सारी उहनां दा अवेलेबल है उहनां दी लोकेशन एवरीथिंग कोई बंदा भी जिहड़ी भी तुसीं खांदे हो तुसीं दुध दी गल कीती है ईवन फ्रूट्स वैजीटेबल्स जो भी थोड़ी खाने वाली चीज़ है तुसीं टैसट करवा सकते हो कि जिहड़ा तुसीं खाना खा रहे हो की वह शुद्ध है की वह प्योर है तो असी अपने लैवल पर भी टैसट कर रहे हैं और उन्हों का काम जोड़ा है वो सैंपल भर के किसी जुर्माना लाना नहीं है वह मतलब है जोड़ा दुकानदार है जो कोई सपोज कोई अपना डेयरी वाला भी कितने दुध खरीदा वह भी टैसट करवा सकता कि जोड़ा मिल्क मेरे को आ रहा है जो कि अडल्ट्रेशन कि लैवल पर हो रही है। सो असी लोगों के एजुकेशन इनफोरमेन कम्युनीकेशन के सारे करके तो लोगों को टैसटिंग फैसिलिटी दे के असी वी रियली वॉन्ट कि जो लोग खाना है वो शुद्ध हो और मैं लोगों को भी अपील करदा कि जो बेचण वाले भी है वो भी थोड़ा जहा अपना जिम्मेवारी समझन जोड़े अडल्ट्रेशन करते उन्होंने बख्शा नहीं जाऊगा उन्होंने सख्त तो सख्त सज़ा होगी कि दूजा साढ़ा जोड़ा ऑलरेडी एग्जिस्टिंग सिस्टम हैगा उन्होंने फड़न वास्ते भी जोड़ा है तत्पर हैगा उन्होंने असं दोनों काम करेंगे एजुकेशन भी करेंगे उन्होंने फैसिलिटी भी देवे और जो लोड़ पी तो सज़ा भी देंगे। हाँ जी बहुत वधिया इलाज चलता जी इत्थे मतलब कोई वो नहीं है वधिया मतलब सारा कुछ सही आ वधिया गा नहीं बहुत वधिया जी इत्थे बहुत मतलब जो ट्रीटमेंट चलता गा सारे लई सही है
किसी नूं कोई वो नहीं है मतलब भी जिवें कह दिंदे भी इत्थे कोई गरीब आ जां कोई आ है ना सारे लिए वधिया ढंग तरीके नाल इन्हां हर एक दा इलाज किया जाता है मतलब पूरा हर कोई सैटिस्फाइड है जो गल भी की वो होरां नाल भी सारे कहिंदे आ भी बहुत वधिया इत्थे इलाज हुंदा गा। अक्सर हम देखते हैं कि पंजाब के अधिकतर युवा बेहतर भविष्य की तलाश में पलायन की दिशा अपना लेते हैं। कई लोगों के लिए यह पलायन सुखद भी होता है तो कुछ के लिए यह दुख भरी दास्तां की तरह साबित होता है। ऐसा ही एक मामला कपूरथला के 3 युवकों का है, जिनमें से एक युवक इटली के सपने लेकर अपने घर से निकला था और 2 युवक अमेरिका के, लेकिन फर्जी एजेंटों के हाथों जान जोखिम में डालकर विदेशी चंगुल में फंस गए, जिसके बाद राज्यसभा सांसद संत सीचेवाल के प्रयासों से इन युवकों को वापस उनके वतन लाया गया है। बातचीत के दौरान युवकों ने कहा कि वे लाखों रुपए खर्च कर इस उम्मीद से विदेश जाना चाहते हैं कि उनका भविष्य भी संवर जाए, लेकिन उन्हें ये पता नहीं था कि भविष्य को सुनहरा बनाने की उम्मीद में वे अपनी जान जोखिम में डाल देंगी। युवकों का कहना है कि एक और तो घर लौटने की खुशी है तो वहीं दूसरी और इस बात का मलाल भी है कि वे अपना सपना पूरा नहीं कर सके। इस दौरान संत सीचेवाल ने पंजाब के नौजवानों के भविष्य की चिंता करते हुए कहा कि अक्सर नौजवान फर्जी एजेंटों के झांसे में आ जाते हैं और उन्हें पता नहीं होता कि भविष्य में उन्हें किन किन मुश्किलों का सामना करना पड़ेगा। उन्होंने पंजाब सरकार और भारत सरकार से अपील की है कि ऐसे फर्जी एजेंटों के खिलाफ कड़ी कार्रवाई होनी चाहिए। जालंधर से पंकज शर्मा की रिपोर्ट। बड़ा पंजाब का दुखांत आ कि अज साडे नौजवान जदों प्लस टू कर लेंदे आ जदों उह किसी हायर एजुकेशन उन्हां ने लैनी हुंदी है जिस वेले उन्हें इन्हां ने मां बाप के सुपनों नूं साकार करना हुंदा ते उस वेले जाके जो इस वेले पंजाब दे विच ਇਹ ਘਟਨਾਵਾਂ ਘਟ ਰਹੀਆਂ ਜੋ ਕੁਛ ਵਾਪਰ ਰਿਹਾ ਇਹ ਬੜਾ ਦੁਖਦਾਈ ਹੈ ਕਿਉਂਕਿ ਹਰ ਨੌਜਵਾਨ ਜਿਹੜਾ ਹੈਗਾ ਪਲੱਸ ਟੂ ਕਰਕੇ ਬਾਹਰ ਨੂੰ ਜਾਣਾ ਚਾਹੁੰਦਾ ਸੋ ਇਸ ਜ਼ਿਕਰ ਹੈ ਕਿ ਬੱਚੇ ਸਕੂਲਾਂ ਦੇ ਵਿੱਚ ਜਿਹੜੇ ਪੜ੍ਹਦੇ ਵੀ ਆ ਪਲੱਸ ਟੂ ਵੀ ਕਰ ਲੈਂਦੇ ਆ ਖਾਸ ਕਰਕੇ ਲੜਕੇ ਉਹ ਆਈਲੈਟ ਵੀ ਨਹੀਂ ਪਾਸ ਕਰ ਸਕਦੇ ਇਸ ਕਰਕੇ ਉਹ ਏਜੰਟਾਂ ਦੇ ਥਰੂ ਵਿਦੇਸ਼ਾਂ ਨੂੰ ਜਿਹੜਾ ਹੈਗਾ 2 ਨੰਬਰ ਦੇ ਵਿੱਚ ਜਾਂ ਕਿਸ ਤਰ੍ਹਾਂ ਵੀ ਅਸੀਂ ਬਾਹਰ ਨੂੰ ਜਾਈਏ ਉਹਨਾਂ ਦੀ ਉਹੋ ਜਿਹੀ ਇੱਕ ਦਰਦ ਕਹਾਣੀ ਜਿਹੜੀ ਹੈਗੀ ਇਹਨਾਂ 3 ਬੱਚਿਆਂ ਦੀ ਹੈ ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਆਪਣੇ ਮਾਪਿਆਂ ਨੇ ਬੱਚਿਆਂ ਨੂੰ ਬਾਹਰ ਜਾ ਕੇ ਉਹ ਪਤਾ ਨਹੀਂ ਸਾਡੀ ਜਿਹੜੀ ਹੈਗੀ ਆ ਆਰਥਿਕ ਹਾਲਤ ਵਧੀਆ ਹੋ ਜੂਗੀ ਸਾਡੇ ਬੱਚੇ ਬਾਹਰ ਜਾ ਕੇ ਸੈਟਲ ਹੋ ਜਾਣਗੇ ਸੋ ਉਹਨਾਂ ਦੇ ਪੈਸੇ ਵੀ ਜਿਹੜੇ ਹੈਗੇ ਆ ਉਹ ਚਲੇ ਗਏ ਤੇ ਉਹਨਾਂ ਦੇ ਨਾਲ ਜੋ ਬੱਚਿਆਂ ਦੇ ਨਾਲ ਵਾਪਰਿਆ ਇਹ ਇੱਕ ਬੜੀ ਇਹਨਾਂ ਦੀ ਦਰਦ ਕਹਾਣੀ ਹੈ ਸੋ ਸਾਡੇ ਕੋਲ ਇਹ ਅਮਰਤਪਾਲ ਸਿੰਘ ਜਿਹੜਾ ਉਮਰ ਜੀ ਦੀ 28 ਸਾਲ ਆ ਪਿੰਡ ਟਿੱਬਾ ਤੋਂ ਇਹ ਇੱਥੇ ਇਹਨਾਂ ਦੇ ਪਰਿਵਾਰ ਨੇ ਸੰਪਰਕ ਕੀਤਾ ਸੀ ਤੇ 20 ਅਪ੍ਰੈਲ ਨੂੰ ਇਹ ਆਏ ਸੀ ਤੇ ਅਸੀਂ ਉਹ ਅੰਬੈਸੀ ਨੂੰ ਜਿਹੜੀ ਹੈਗੀ ਆ ਇਹਨਾਂ ਦਾ ਲੈਟਰ ਲਿਖਿਆ ਤੇ ਜਿਹਨਾਂ ਨੇ ਉਹ ਤਕਰੀਬਨ ਤੁਰਕੀ ਦੇ ਵਿੱਚ ਉਸ ਵੇਲੇ ਇਹਨਾਂ ਦੀ ਬੜੀ ਮਾੜੀ ਹਾਲਤ ਸੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇੱਥੇ ਬਿਮਾਰ ਵੀ ਸੀਗੇ ਬੱਚੇ ਸੋ ਜਦੋਂ ਬੱਚਾ ਕਿਤੇ ਬਾਹਰ ਫੋਨ ਕਰਦਾ ਕਿ ਮੈਂ ਇਸ ਹਾਲਤ ਵਿੱਚ ਰਹਿ ਰਿਹਾ ਤਾਂ ਉਦੋਂ ਜ਼ਿਆਦਾ ਤਕਲੀਫ ਦੇ ਵਿੱਚ ਮਾਂ ਬਾਪ ਪਰਿਵਾਰ ਜਿਹੜਾ ਆ ਜਾਂਦਾ ਸੋ ਅਸੀਂ ਉਹਨਾਂ ਨੂੰ ਉਸ ਵੇਲੇ ਵੀ ਭਰੋਸਾ ਦਿੱਤਾ ਕਿ ਕੋਈ ਨਹੀਂ ਜਿਹੜਾ ਹੈਗਾ ਕਿਉਂਕਿ ਕੰਮ ਇਹਨਾਂ ਨੇ ਪਹਿਲਾਂ ਵੀ ਕਾਫੀ ਯਤਨ ਕੀਤੇ ਸੀਗੇ ਤੇ ਉਦੋਂ ਬਾਅਦ ਹੀ ਜਿਹੜੇ ਜਦੋਂ ਸਾਡੇ ਕੋਲ ਆਏ ਤੇ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦਾ। ਮੈਂ 2022 ਦੇ ਵਿੱਚ ਜੀ ਗਿਆ ਸੀ 24 ਤਰੀਕ ਨੂੰ ਤੁਰਕੀ। ਹਾਂਜੀ ਤੇ ਮੈਂ ਅਮੈਰੀਕਾ ਜਾਣਾ ਚਾਹੁੰਦਾ ਸੀਗਾ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਮੇਰੀ ਮਤਲਬ 15 ਤੋਂ 20 ਦਿਨ ਬਾਅਦ ਮੇਰੀ ਉੱਥੇ ਫਾਈਲ ਜਮ੍ਹਾਂ ਹੋਈ ਯੂਰਪ ਲਈ ਤੇ ਯੂਰਪ ਤੋਂ ਅੱਗੇ ਅਸੀਂ ਮੈਕਸੀਕੋ ਜਾਣਾ ਸੀਗਾ ਤੇ ਉਹ ਤੋਂ ਬਾਅਦ ਮੇਰੀ ਰਿਫਿਊਜ਼ਲ ਆਈ ਉਹ ਤੋਂ 20 ਦਿਨ ਬਾਅਦ ਫਿਰ ਉੱਥੇ ਮੇਰੇ 3-4 ਮਹੀਨੇ ਜਿੱਦਾਂ ਖਰਾਬ ਹੋ ਗਏ ਤੇ ਉਸ ਤੋਂ ਬਾਅਦ ਏਜੰਟ ਦਾ ਮਤਲਬ ਜਿੱਦਾਂ ਗੱਲ ਸੀਗੀ ਇੱਥੋਂ ਇੰਡੀਆ ਤੋਂ ਤੇ ਉਹ ਕਹਿੰਦੇ ਵੀ ਸਾਡੀ ਮਤਲਬ ਗੇਮ ਹੁਣ ਜਿੱਦਾਂ ਇੱਥੋਂ ਬੰਦ ਵਾ ਤੇ ਤੁਹਾਨੂੰ ਵਾਪਸ ਆਉਣਾ ਪੈਣਾ ਤੇ ਸਾਨੂੰ ਉਦੋਂ 5-6 ਮਹੀਨੇ ਹੋ ਗਏ ਉੱਥੇ ਰਹਿੰਦਿਆਂ ਨੂੰ ਤੇ ਫਿਰ
ਅਸੀਂ ਕਿਹਾ ਵੀ ਅਸੀਂ ਹੁਣ ਵਾਪਸ ਨਹੀਂ ਆਉਣਾ ਅਤੇ ਅਸੀਂ ਇੱਥੋਂ ਹੀ ਗਾਂਹ ਕੰਮ ਕਰਾਉਣਾ ਵਾ ਅਤੇ ਉਹ ਕਹਿੰਦਾ ਵੀ ਮਤਲਬ ਹਜੇ ਕੰਮ ਚੱਲ ਨਹੀਂ ਰਿਹਾ ਅਸੀਂ ਫਿਰ ਉੱਥੇ ਕਿਸੇ ਏਜੰਟੇ ਦੇ ਨਾਲ ਗੱਲ ਕੀਤੀ ਅਤੇ ਉਹਨੇ 15 to 20 ਦਿਨ ਦਾ ਟਾਈਮ ਮੰਗਿਆ ਉਹਨੇ ਉਹਦੇ ਨਾਲ ਅਮੈਰੀਕਾ ਦੀ ਗੱਲ ਕੀਤੀ ਅਤੇ ਉਹਨੇ 2 to 2.5 months ਫਿਰ ਸਾਡੇ ਉੱਥੇ ਮਤਲਬ ਵੀ ਖਰਾਬ ਹੋ ਗਏ ਅਤੇ ਬਾਅਦ ਵਿੱਚ ਉਹ ਕਹਿੰਦਾ ਸੀਗਾ ਵੀ ਤੁਹਾਡਾ ਵੀਜ਼ਾ ਓਰੀਜਨਲ ਵੀਜ਼ਾ ਹੋਊਗਾ ਅੰਬੈਸੀ ਦੇ ਵਿੱਚੋਂ ਨਿਕਲ ਕੇ ਆਊਗਾ ਵੀਜ਼ਾ ਬੋਰਡਿੰਗ ਇਮੀਗ੍ਰੇਸ਼ਨ ਤੁਸੀਂ ਆਪ ਕਰਾਉਣੀ ਖੁਦ ਅਤੇ ਉਹਨੇ ਜਿੰਨੇ ਪੈਸੇ ਮੰਗੇ ਅਸੀਂ ਉਹਨੂੰ ਹਾਂ ਕੀਤੀ ਵੀ ਤੈਨੂੰ ਪੈਸੇ ਮਤਲਬ ਦੇਵਾਂਗੇ ਅਤੇ ਉਹਦੇ ਤੋਂ ਬਾਅਦ ਜਦੋਂ ਸਾਡਾ ਵੀਜ਼ਾ ਆਇਆ ਏਅਰਪੋਰਟ ਦੇ ਉੱਤੇ ਸਾਡੀ ਬੋਰਡਿੰਗ ਇਮੀਗ੍ਰੇਸ਼ਨ ਸਾਰਾ ਕੁਛ ਹੋਇਆ ਕਲੀਅਰ ਵੇਟਿੰਗ ਹਾਲ ਦੇ ਵਿੱਚ ਬੈਠੇ ਪਏ ਹਾਂਜੀ ਇੱਥੋਂ ਹੀ ਮਤਲਬ ਅਮੈਰੀਕਾ ਜਾਣਾ ਚਾਹੁੰਦੇ ਸੀ ਹਾਂਜੀ ਇੱਥੋਂ ਹੀ ਵੀਜ਼ਾ ਲਵਾਇਆ ਤੁਰਕੀ ਦਾ ਹਾਂਜੀ ਤੁਰਕੀ ਤੋਂ ਫੇਰ ਗਾੜੀ ਗਏ ਉੱਥੋਂ ਵੀਜ਼ਾ ਲਵਾਉਣਾ ਸੀ ਉੱਥੇ ਪਹਿਲਾਂ ਹੋਰ ਏਜੰਟ ਨਾਲ ਗੱਲ ਕੀਤੀ ਅਤੇ ਉੱਥੇ ਅਸੀਂ ਰਹਿ 6-7 months ਕੰਮ ਨਹੀਂ ਬਣਿਆ ਕਈ ਉੱਥੇ ਏਜੰਟ ਚੇਂਜ ਕਰ ਲਿਆ ਹਾਂਜੀ ਅਤੇ ਉਹਨੇ ਫਿਰ ਉਹਦੇ ਨਾਲ ਗੱਲਬਾਤ ਹੋਈ ਅਤੇ ਉਹ 2 months ਦਾ ਟਾਈਮ ਦਿੱਤਾ ਉਹਨੇ ਅਤੇ ਉਹਨੇ ਫਿਰ ਸਾਨੂੰ ਇੱਥੋਂ ਵੀਜ਼ਾ ਲੈ ਕੇ ਦਿੱਤਾ ਕਹਿੰਦਾ ਕਿ ਤੁਹਾਡਾ ਵੀਜ਼ਾ ਮੈਂ ਇੱਥੋਂ ਕਰਾ ਦਿੰਦਾ ਹਾਂ ਅਤੇ ਉਹਨੇ ਯੂਰਪ ਦਾ ਵੀਜ਼ਾ ਲੈ ਕੇ ਦਿੱਤਾ ਅਤੇ ਫਿਰ ਸਾਡੀ 1 January ਆਣ ਕੇ ਫਲਾਈਟ ਹੋਈ ਆ 3 ਦੀ ਟਿਕਟ ਸੀ ਸਾਡੀ ਅਤੇ ਅਸੀਂ ਫਿਰ ਏਅਰਪੋਰਟ 'ਤੇ ਗਏ 3 ਨੂੰ ਅਤੇ ਉੱਥੇ ਸਾਡਾ ਪਹਿਲਾਂ ਬੋਰਡਿੰਗ ਪਾਸ ਵੀ ਹੋ ਗਿਆ ਫਿਰ ਇਮੀਗ੍ਰੇਸ਼ਨ ਵੀ ਕ੍ਰੋਸ ਹੋ ਗਏ ਅਤੇ ਵੇਟਿੰਗ ਹਾਲ 'ਚ ਬੈਠੇ ਜਦੋਂ ਮਤਲਬ ਪਲੇਨ ਦਾ ਟਾਈਮ ਹੋਇਆ ਅਤੇ ਜਾਣ ਵਾਸਤੇ ਅਸੀਂ ਲਾਈਨ ਲੱਗੇ ਅਤੇ ਉੱਥੇ ਉਹਨਾਂ ਨੇ ਸਾਨੂੰ ਪਾਸਪੋਰਟ ਚੈੱਕ ਕੀਤਾ ਸਾਨੂੰ ਸਾਈਡ 'ਤੇ ਕੱਟ ਲਿਆ ਹਾਂਜੀ ਵਿਦੇਸ਼ 2022 January 1 ਅਤੇ 21 May ਨੂੰ ਗਏ ਸੀ ਸੱਚ ਅਤੇ ਉਹਨੇ ਏਜੰਟ ਦੇ ਨਾਲ ਗੱਲ ਹੋਈ ਸੀ ਇਟਲੀ ਦੀ ਉਹਨੇ ਕਿਹਾ ਇਟਲੀ ਭੇਜਾਂਗੇ ਅਸੀਂ ਕਿਹਾ ਠੀਕ ਆ ਕਿੰਨੇ ਪੈਸਿਆਂ ਦੀ ਗੱਲ ਹੋਈ ਉਹਦੇ ਨਾਲ 13 lakh ਦੀ ਗੱਲ ਹੋਈ ਸੀ ਪਹਿਲਾਂ ਉਹਨੇ ਮੈਂ 2022 'ਚ 21 May ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਚੜਿਆ ਦੁਬਈ ਲਈ ਦੁਬਈ 1 month ਰਿਹਾ ਉਸ ਤੋਂ ਬਾਅਦ ਤੁਰਕੀ ਮੇਰਾ 4 hours ਦਾ ਸਟੇਅ ਹੋਇਆ ਉਸ ਤੋਂ ਬਾਅਦ ਫਿਰ ਮੇਰੀ ਫਲੈਟ ਹੋਈ ਸਰਬੀਆ ਦੀ ਮੈਂ ਸਰਬੀਆ ਗਿਆ ਸਰਬੀਆ 4 days ਬਾਅਦ ਉਹਨਾਂ ਗੱਲ ਕੀਤੀ ਸਰਬੀਆ ਜਾ ਕੇ ਕਿ ਇਟਲੀ ਭੇਜ ਸਾਨੂੰ ਉਹਨੇ ਕਿਹਾ ਵੀ ਤੁਹਾਨੂੰ ਮੈਂ ਇਟਲੀ ਭੇਜਦਾ ਵਾਂ ਪਰ ਪਹਿਲਾਂ ਯੂਨਾਨ ਭੇਜਦਾ ਗ੍ਰੀਸ ਅਤੇ ਗ੍ਰੀਸ ਤੋਂ ਬਾਅਦ ਤੁਹਾਨੂੰ ਇਟਲੀ ਭੇਜਿਆ ਜਾਵੇਗਾ ਟ੍ਰੇਨ 'ਤੇ ਜਾਂ ਬਾਏ ਏਅਰ ਨਹੀਂ ਕਿਹਾ ਠੀਕ ਆ ਉਹਨੇ ਸਾਨੂੰ ਉੱਥੇ ਗ੍ਰੀਸ ਭੇਜਿਆ ਗ੍ਰੀਸ 2 months ਰਹੇ ਹਾਂ ਉਸ ਤੋਂ ਬਾਅਦ ਉਹਨੇ ਕੋਈ ਨਿਜ਼ਾਮ ਨਹੀਂ ਲਾਇਆ नाभा की नई जिला जेल में आमदन से अधिक जायदाद मामले में नजरबंद कांग्रेसी नेता कुशलदीप सिंह उर्फ किक्की ढिल्लो को जेल में मिलने के लिए पहुंचे कांग्रेस पार्टी के विरोधी दल के नेता प्रताप सिंह बाजवा की ओर से करीब आधा घंटा मुलाकात की गई। जेल के अंदर प्रताप सिंह बाजवा तो पहुंच गए लेकिन लगभग 20 मिनट जेल के गेट के बाहर ही प्रताप सिंह बाजवा की जड सिक्योरिटी की गाड़ी को अंदर नहीं जाने दिया गया जिसके चलते जज सिक्योरिटी और नाभा जेल के सुरक्षा कर्मचारी आपस में बहसबाजी करते हुए नजर आए और 20 मिनट के बाद प्रताप बाजवा की जज सिक्योरिटी को जेल के अंदर दाखिल होने दिया गया। इस दौरान प्रताप सिंह बाजवा पूर्व कैबिनेट मंत्री साधु सिंह धर्मसोत के निवास स्थान में पहुंचे और प्रेस वार्ता की। नाभा से हलचल के लिए राहुल खुराना की रिपोर्ट। ਕਿ ਡਿਸ ਪ੍ਰਪੋਰਸ਼ਨੇਟ ਐਸੈਟਸ ਜਿਹੜਾ ਡੀ ਏ ਦੇ ਕੇਸਿਸ ਬਣਦੇ ਇਹ ਤਾਂ ਹਿੰਦੁਸਤਾਨ 'ਚ ਜਿਹਦੇ 'ਤੇ ਮਰਜ਼ੀ ਤੁਸੀਂ ਇਹ ਕੇਸ ਬਣਾ ਸਕਦੇ ਹੋ ਇਹ ਬਕਾਇਦਾ ਤੌਰ ਇੱਕ ਪੋਲੀਟੀਕਲ ਰਣਨੀਤੀ ਦੇ ਥੱਲੇ ਕਾਂਗਰਸ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਹੈ ਕੇਜਰੀਵਾਲ ਦੀ ਅਤੇ ਭਗਵੰਤ ਮਾਨ ਦੀ ਸ਼ੁਰੂ ਤੋਂ ਹੀ ਵੇਖੋ ਇਹ ਦਿੱਲੀ 'ਚ ਵੀ ਇਹਦਾ ਇਹੀ ਕੰਮ ਸੀ ਇਹ ਸਰਕਾਰ ਤਾਂ ਦਿੱਲੀ ਤੋਂ ਚੱਲਦੀ ਇੱਥੋਂ ਤੋਂ ਚੱਲਦੀ ਕੋਈ ਨਹੀਂ ਇਹਨੂੰ ਪਤਾ ਹੈ ਭਗਵੰਤ ਨੂੰ ਕਿ ਸਾਡਾ ਅਤੇ ਕਾਂਗਰਸ ਦਾ ਅਤੇ ਆਪ ਦਾ ਜਿਹੜਾ ਵੋਟ ਬੈਂਕ ਹੈ ਇਹ ਬੇਸਿਕਲੀ ਇੱਕ ਹੈ ਸੈਕੂਲਰ ਵੋਟ ਬੈਂਕ ਅਕਾਲੀ ਦਲ ਇੱਕ ਰਿਲੀਜੀਅਸ ਬਰਾਦਰੀ ਨੂੰ ਰਿਪ੍ਰਜੈਂਟ ਕਰਦਾ ਸੀ ਕਿਸੇ ਟਾਈਮ ਹੁਣ ਤਾਂ ਉਹ ਵੀ ਨਹੀਂ ਕਰਦਾ ਬੀਜੇਪੀ ਇੱਕ ਨੂੰ ਕਰਦੀ ਉਹਨਾਂ ਦੀ ਵੋਟ ਇੱਕ ਡਿਫਰੈਂਟ ਹੈ ਉਹ ਸੈਕੂਲਰ ਵੋਟ ਵੱਲ ਨਹੀਂ ਆਉਣੀ ਅਤੇ ਸੈਕੂਲਰ ਵੋਟ ਨਾ ਭਾਜਪਾ ਨੂੰ ਜਾਂ ਅਕਾਲੀ ਦਲ ਨੂੰ ਨਹੀਂ ਚੜ੍ਹਨੀ ਉਹਨਾਂ ਦੀ ਇੱਕ ਪੁਰਜ਼ੋਰ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਮੇਨ ਓਪੋਜੀਸ਼ਨ ਪਾਰਟੀ ਇਹਨੂੰ ਖਤਮ ਕਰ ਦਈਏ ਤਾਂ ਵਜੂਦ ਮੁਕਾ ਦਈਏ ਅਤੇ ਬਦਨਾਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੈ ਨਹੀਂ ਮੈਂ ਤਾਂ ਭਗਵੰਤ ਮਾਨ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਜਾਂ ਤਾਂ ਫੇਰ ਚੱਲੋ ਜਿੱਥੇ ਤਾਂ IAS ਅਫਸਰ ਇਨਵੋਲਵ ਨੇ
जिथे तुहाडे IPS अफसर इनवॉल्व ने, जिथे तुहाडे PCS अफसर इनवॉल्व, उन्हां दा तां तुहाडे कोल जाण है नहीं एक्शन लैण दी। मैं PSICC दा पंजाब स्टेट जिहड़ी इंडस्ट्रियल बंद कर लई है, कारपोरेशन है जिहड़ी हज़ारां करोड़ां दा कपला है, जिहदे विच एक IAS लेडी ऑफिसर बकायदा च और FIR च ना आ चुकिया, उहदा जिहड़ा घर वाला है वह भी सर्विंग IAS अफसर है। जदों सारी IAS जमात इकट्ठी हुई है चीफ सैकटरी की लीडरशिप थले, उन्हें लाइन खिंच ली कि जे पंजाब दे विच सरकार चलानी है तो असी तुहाडा समर्थन नहीं करना या असी तुहाडा साथ नहीं देना। हुण IAS अफसर दा ते हुण IAS छड्ड लए ने, हुण वह दूजे पासे आ काम फड़ लिया, उन्हें कहता कि जे तो असी कोई केसिस होर पिछले चुकांगे तो वो IAS भी इनवॉल्व ने, PCS भी इनवॉल्व हो जाने, ये चिको काम फड़ लो। डिसप्रपोर्शनेट असैट्स का केस को अगवान च ही बैठे ने, पहले केस बनाया 3 महीने वो कट्टे, फिर दूजा केस बनाया। मैं पूछना चाहना कि चलो असी क्या तू अपना राजी कर, जो तेरे को हुंदा तू कर, अखीर राज बदलते भी ने। तो भी मैं इन्हों गल असैम्बली भी कही सी कि हुण जिहड़ा तुसीं बी बोझोगे यही वढ़ना पएगा, ये चंगी तरह एक समझ लै, दिन तो बदलते रहने। अमृतसर के लॉरेंस रोड चौक में नेहरू शॉपिंग कॉम्प्लेक्स स्थित हीरा पनीर की दुकान पर इम्प्रूवमेंट ट्रस्ट ने एक बार फिर कार्रवाई की है। ट्रस्ट अधिकारियों की मौजूदगी में टीम ने उनके बोर्डों को हटा दिया, वही सामान भी जब्त किया। अधिकारियों के अनुसार हीरा पनीर वाले द्वारा अवैध अतिक्रमण किया गया है। वहीं दुकानदार का कहना है कि उन्हें जानबूझकर निशाना बनाया जा रहा है, पूरे बाजार में सिर्फ उनकी दुकान पर ही कार्रवाई की जा रही है, जबकि बाजार की सभी दुकानों के बोर्ड नहीं हटाए गए हैं, जिस कारण वे इस कार्रवाई का विरोध कर रहे हैं। उनकी दुकान में 40 कर्मी काम कर रहे हैं, उनके काम पर असर डालकर उनको बेरोजगार किया जा रहा है। अमृतसर से हलचल के लिए सुनील खोसला की रिपोर्ट। अमृतसर के जंडियाला गुरु क्षेत्र के अधीन आते सभी गांवों के स्कूलों के 10वीं और 12वीं के विद्यार्थी जिन्होंने अपने अपने स्कूलों में 90% या उससे अधिक अंक लेकर पास हुए हैं, उन्हें कैबिनेट मंत्री हरभजन सिंह ईटीओ की ओर से जंडियाला गुरु के इंद्र फार्म में विशेष तौर पर सम्मानित किया गया और उनके माता पिता को बच्चों के पास होने पर बधाई दी गई। इस मौके पर कैबिनेट मंत्री हरभजन सिंह ईटीओ ने कहा कि वे इन बच्चों को विशेष तौर पर मिलना चाहते थे। उन्होंने कहा कि आने वाले समय में इन बच्चों की संख्या बढ़ाकर 300 से 3000 हो जाएगी, फिर इन बच्चों को विशेष तौर पर सम्मानित किया जाएगा। अमृतसर से हलचल के लिए सुनील खोसला की रिपोर्ट। अज ना असी जंडियाला गुरु हल्के जिन्हें भी स्कूल्स ने, चाहे वह CBSE ने, ICSE ने, पंजाब स्कूल सिक्ख्या बोर्ड के ने, सरकारी ने, प्राइवेट ने, उन्होंने जोड़े भी बच्चों ने 10वीं दे विच ते प्लस 2 दे विच 90% या इस तो ज़्यादा नंबर हासिल किए ने, उन्होंने सन्मान दे विच एक समारोह रखा सीगा। काफ़ी बच्चों के उत्साह सीगा, मैं निजी तौर पर उन्होंने बच्चों मिलना चाहता सीगा, अपने हल्के दे वो स्कूल मुखियां अध्यापकों ते बच्चों जिन्होंने इम्तिहान दे विच मारका मारिया 90% तो वध नंबर ले ने। सो अज
ਅਸੀਂ ਇੱਥੇ ਫੰਕਸ਼ਨ ਕਰਕੇ ਸਾਡੇ ਨਾਲ ਮਾਣਯੋਗ ਡੀ ਸੀ ਸਾਹਿਬ, ਐੱਸ ਐੱਸ ਪੀ ਸਾਹਿਬ, ਡੀ ਓ ਸਾਹਿਬ, ਸਿੱਖਿਆ ਅਧਿਕਾਰੀ, ਪ੍ਰਿੰਸੀਪਲ ਸਾਹਿਬਾਨ ਸਾਰੇ ਇੱਥੇ ਹਾਜ਼ਰ ਹੋਏ ਨੇ ਔਰ ਸਭ ਨੇ ਹੀ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਕੇ ਹੋਰ ਬਿਹਤਰ ਕਰਨ ਵਾਸਤੇ ਜਿਹੜਾ ਉਹ ਪ੍ਰੇਰਿਆ। ਬੱਚਿਆਂ ਦੇ ਮਾਂ ਪਿਓ ਜਿਹੜੇ ਨਾਲ ਆਏ ਨੇ ਉਹਨਾਂ ਨੂੰ ਵਧਾਈ ਦਿੱਤੀ ਆ ਔਰ ਨਾਲ ਦੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਬੱਚੇ ਜਿਹੜੇ ਨੇ ਉਹ ਵੱਡੇ ਹੋ ਕੇ ਹੋਰ ਅੱਗੇ ਬੁਲੰਦੀਆਂ ਜਿਹੜੀਆਂ ਨੇ ਉਹ ਛੂਹਣ, ਆਪਣੇ ਆਪਣੇ ਖੇਤਰ ਦੇ ਵਿੱਚ ਜਿਹੜੀ ਆ ਉਹ ਪ੍ਰੋਗਰੈਸ ਕਰਨ। ਦੇਖੋ ਸਾਡੇ ਸਕੂਲਾਂ ਦੇ ਵਿੱਚ ਅਸੀਂ ਸਕੂਲ ਆਫ ਐਮੀਨੈਂਸ ਬਣਾ ਰਹੇ ਹਾਂ। ਜੰਡਿਆਲੇ ਦੇ ਵਿੱਚ ਵੀ ਕਾਫੀ ਸਕੂਲਾਂ ਦੇ ਵਿੱਚ ਮੈਂ ਨਿੱਜੀ ਤੌਰ 'ਤੇ ਵੀ ਲਗਭਗ ਸਾਰੇ ਸਕੂਲ ਵਿਜ਼ਿਟ ਕੀਤੇ ਨੇ। ਜੰਡਿਆਲਾ ਗਰਲਸ ਸੀਨੀਅਰ ਸੈਕੰਡਰੀ ਸਕੂਲ ਨੂੰ ਜਿਹੜਾ ਕਿ ਸਕੂਲ ਆਫ ਐਮੀਨੈਂਸ ਆ ਉਹਨੂੰ ਦਰਜਾ ਦੇ ਦਿੱਤਾ ਗਿਆ। ਉਹਦੇ ਵਿੱਚ ਕਾਫੀ ਕੰਮ ਜਿਹੜੇ ਹੋ ਚੁੱਕੇ ਨੇ, ਜੋ ਥੋੜ੍ਹੇ ਬਹੁਤੇ ਰਹਿੰਦੇ ਨੇ ਉਹ ਵੀ ਕਰ ਦਿੱਤੇ ਜਾਣਗੇ। ਅਸੀਂ ਸਾਰੇ ਹੀ ਪੰਜਾਬ ਸਿੱਖਿਆ ਪ੍ਰਤੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਸੁਹਿਰਦ ਆ ਔਰ ਸਿੱਖਿਆ ਅਤੇ ਸਿਹਤ ਅਸੀਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜਦੋਂ ਅਸੀਂ ਕੰਪੇਨ ਕਰਦੇ ਸੀਗੇ ਉਦੋਂ ਵੀ ਕਹਿੰਦੇ ਹੁੰਦੇ ਸੀਗੇ ਕਿ ਸਾਡੀ ਪਹਿਲ ਜਿਹੜੀ ਆ ਉਹ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਹੋਊਗੀ। ਸੋ ਅਸੀਂ ਆਪਣੇ ਵਾਅਦਿਆਂ ਮੁਤਾਬਕ ਆਪਣੇ ਫਰਜ਼ ਜਿਹੜੇ ਆ ਉਹ ਨਿਭਾ ਰਹੇ ਹਾਂ। ਨਹੀਂ 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 ਪਛੜਦੀ ਜਾ ਰਹੀ। ਅਸੀਂ ਤਾਂ ਜਿਹੜੇ ਈਵਨ ਜਿੰਨੇ ਵੀ ਦੁਕਾਨਾਂ ਵੀ ਨੇ ਜਾਂ ਅਦਾਰੇ ਨੇ ਉਹਨਾਂ ਦੇ ਉੱਤੇ ਜਿੱਥੇ ਕਿਤੇ ਸਿਰਫ ਇੰਗਲਿਸ਼ ਦੇ ਨਾਲ ਲਿਖਿਆ ਹੁੰਦਾ ਸੀਗਾ ਉੱਥੇ ਵੀ ਤੁਸੀਂ ਦੇਖਦੇ ਹੋਗੇ ਕਿ ਨਾਲ ਪੰਜਾਬੀ ਦੇ ਵਿੱਚ ਉਹਦੀ ਜਿਹੜਾ ਅਨੁਵਾਦ ਕਰਕੇ ਉਹ ਵੀ ਲਿਖਿਆ ਗਿਆ। ਕਈ ਬੱਚੇ ਜਿਹੜੇ ਆ ਪੰਜਾਬੀ ਦੇ ਵਿੱਚ ਫੇਲ ਆਏ, ਫੇਲ ਹੋਏ ਨੇ ਤੇ ਬਾਕੀ ਸਬਜੈਕਟਾਂ ਦੇ ਵਿੱਚ? ਦੇਖੋ ਦੇਖੋ ਕਈ ਵਾਰੀ ਇਸ ਤਰ੍ਹਾਂ ਦੇ ਕੁਝ ਹੁੰਦੀਆਂ ਨੇ। ਕੋਈ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਸਕੂਲ ਨੇ ਉਹਨਾਂ ਦੇ ਵਿੱਚ ਅਸੀਂ ਖਾਸ ਉਹਨਾਂ ਵਾਸਤੇ ਟੀਚਰਸ ਜਿਹੜੇ ਆ ਉਹਨਾਂ ਦੀਆਂ ਡਿਊਟੀਆਂ ਲਗਾਉਂਦੇ। फरीदकोट में स्वास्थ्य विभाग की ओर से विश्व तंबाकू रहित दिवस मनाया गया, जिसके चलते सिविल सर्जन डॉक्टर अनिल गोयल और सीनियर मेडिकल ऑफिसर डॉक्टर रंजीत भंडारी के निर्देशों पर हर वर्ष की तरह तंबाकू कंट्रोल सेल के नोडल अधिकारी डॉक्टर प्रभदीप सिंह चावला और उनकी टीम की ओर से अब तक 35 गाँवों को नशा और तंबाकू मुक्त किया जा चुका है, जिसके चलते बीड़ भोलूवाला गाँव के वासियों की ओर से अपने गाँव को नशा और तंबाकू मुक्त होने पर गर्व महसूस करते हुए शानदार जश्न ए मान रैली का आयोजन किया गया, जो कि सरकारी प्राइमरी स्कूल से चलकर पूरे गांव वासियों को अपने गांव के नशा और तंबाकू मुक्त होने के बारे में जागरूक किया गया और गांव के सभी लोगों के साथ खुशी साझा की गई। फरीदकोट से हलचल के लिए गुरप्रीत सिंह की रिपोर्ट। मैं आपके पिंड नूं यही कहना चाहनी हां कि साडे जिन्ना भी छोटे बच्चे आ इस पासे ना आउण। इस वास्ते साडी पूरी कोशिश आ भी असी आपके पिंड नूं नशा मुक्त पिंड बना लिया। सानूं इस चीज़ की खुशी है। हाँ जी माता जी पाया, असी नौजवान मुंडे तैयार किए आ जी। सारे मुंडे साडी आज्ञाकारी बच्चे आ। सारिया ने यही सानूं कहा भी कोई इहो जिहा नशा करन वाला बच्चा साडे पिंड च नहीं मिलेगा और ना ही कोई बंदा मिलेगा। अज विश्व तंबाकू रहित दिवस जिहड़ा सेहत विभाग के वलों मनाया जा रहा है, उहदे तहत साडे मानयोग सिविल सर्जन डॉक्टर अनिल गोयल जी और साडे एस एम ओ डॉक्टर जी भंडारी जी के दिशा निर्देश के हेठ हर साल की तरह जिवें असी ब्लॉक जंड साहब के अधीन कई पिंड असी तंबाकू मुक्त कराए है और जिहड़े पंज पिंड हुण असी इसे हफ्ते नशा मुक्त जिहड़े पंचायतों ने सानू मता पास करके दिता है उहदे तहत असी अज बीड़ भोलूवाला विखे जश्न माण रैली का आयोजन किया है, क्योंकि पिंड वाले ने जश्न मनाया। उन्होंने माण है कि उन्होंने पिंड नशा मुक्त है, तंबाकू मुक्त है। किसी भी किस्म की तंबाकू के उत्पादों की वेच खरीद नहीं होंगी। कोई भी बंदा किसी भी तरह का नशा नहीं करता, ना कोई वेच खरीद होंगी है। तो पिंड के बाहर जेडे जी आया तंबाकू मुक्त पिंड, नशा मुक्त पिंड। अज जे पिंड वासिया ने, पंचायत ने और स्कूली बच्चों ने ढोल की थाप से भंगड़ा पाद जश्न मनाया भी ये साडा पिंड तंबाकू रहित है, नशा मुक्त। असी पांच पिंड जिहड़े है जी मुकम्मल तौर पर नशा मुक्त पिंडां ने सानू मता पा के दिता है। पुलिस की रिपोर्ट भी आ गई है मानयोग एस एस पी साहब की भी इन्हां पिंडां दे विच किसी भी जिहड़ा वसनीक ते नशा वेचण दे जिहड़े एक्ट के तहत कोई भी परचा नहीं दर्ज हैगा और असी 35 पिंड जिहड़े है वह तंबाकू मुक्त घोषित किए सी। पर असी नौजवान पीढ़ी नूं बचाउण लई तंबाकू बंद कराया है। हौली हौली असी जिहड़े पिंड है वह नशा मुक्त भी करांगे। पंजाब सरकार की जिहड़ी नशा मुक्त मुहिम है, पंजाब नूं तंदुरुस्त पंजाब, सेहतमंद पंजाब पंजाब बनाउण दी मुहिम दे विच असी साडी पूरी टीम, साडे बलविंदर सिंह जी, एस आई साहब, बाबू सिंह जी, रोज़ जी, मैडम भी साडे आए हैं मल्टीपर्पज़ दोवें, असी इन्हां दा भी, आशा वर्करां दा, आंगनवाड़ी स्टाफ दा, पंचायतां दा और दूजे विभागां दा सानूं सहयोग है। असी सारयां दा धन्नवाद करदे।